ਰਾਜੇਸ਼ਵਰੀ ਧਾਮ ਵੈਲਫੇਅਰ ਸੁਸਾਇਟੀ ਬਸਤੀ ਸ਼੍ਰੀ ਅਖਰੂਟ ਚਾੜਨਧਰ ਕੀ ਔਰ ਸੀ ਮਾਂ ਦੇਵੀ ਰਾਜਰਾਣੀ ਜੀ ਕਾ ਜਨਮ ਉਤਸਵ ਏਵਮ ਮੂਰਤੀ ਸਥਾਪਨਾ ਦਿਵਸ ਕੇ ਉਪਲਕਸ਼ ਮੇਂ ਮਾਂ ਭਗਵਤੀ ਕੀ ਜਾਗਰਣ ਏਵਮ ਵਿਸ਼ਾਲ ਭੰਡਾਰੇ ਕਾ ਆਯੋਜਨ ਕੀਆ ਗਿਆ, ਜਿਸ ਮੇਂ ਪੰਕਜ ਠਾਕੁਰ ਐਂਡ ਪਾਰਟੀ ਔਰ ਗੋਪਾਲ ਪਾਂਡੇ ਐਂਡ ਪਾਰਟੀ ਨੇ ਮਾਂ ਭਗਵਤੀ ਕੀ ਮਹਿਮਾ ਕਾ ਗੁਣਗਾਨ ਕਰ ਉਪਸਥਿਤ ਭਕਤੋਂ ਕੋ ਝੂਮਨੇ ਪਰ ਵਿਵਸ਼ ਕਰ ਦਿਆ। ਤੋ ਵਹੀ ਮਿਲਨ ਮਹਾਦੇਵ ਆਰਟ ਗਰੁੱਪ ਲੁਧਿਆਣਾ ਵਾਲੋਂ ਨੇ ਸੁੰਦਰ ਝਾਂਕੀਆਂ ਪੇਸ਼ ਕਰ ਸਬਕਾ ਮਨ ਮੋਹ ਲਿਆ। ਇਸ ਅਵਸਰ ਪਰ ਵਿਧਾਇਕ ਰਮਨ ਅਰੋੜਾ, ਪੂਰਵ ਸਾਂਸਦ ਸੁਸ਼ੀਲ ਰਿੰਕੂ, ਐਡਵੋਕੇਟ ਰਾਹੁਲ ਸ਼ਰਮਾ, ਆਸ਼ੂ ਸ਼ਰਮਾ ਐਡਵੋਕੇਟ, ਅਸ਼ੋਕ ਮਨੋਚਾ, ਆਖਰੀ ਉਮੀਦ ਵੈਲਫੇਅਰ ਸੁਸਾਇਟੀ ਕੇ ਅਧਿਅਕਸ਼ ਜਤਿੰਦਰਪਾਲ ਸਿੰਘ, ਵਰਿਸ਼ਠ ਅਭਿਨੇਤਾ ਰਾਜੂ ਮਦਾਨ ਨੇ ਵਿਸ਼ੇਸ਼ ਰੂਪ ਸੇ ਉਪਸਥਿਤ ਹੋਕਰ ਮਾਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਆ, ਜਿਹਨੇ ਮੰਦਿਰ ਕਮੇਟੀ ਕੇ ਸਦਸਯੋਂ ਕੀ ਔਰ ਸੇ ਵਿਸ਼ੇਸ਼ ਰੂਪ ਸੇ ਸਨਮਾਨਿਤ ਕੀਆ ਗਿਆ। ਇਸ ਮੌਕੇ ਪਰ ਪ੍ਰਧਾਨ ਕੈਲਾਸ਼ ਬੱਬਰ, ਚਰਨਜੀਤ, ਰਾਮ ਕਿਸ਼ਨ, ਮੂਲਚੰਦ ਗੇਰਾ, ਵਿਜੇ ਦੁਆ, ਸੁਸ਼ਮਿੰਦਰ ਨਈਅਰ, ਅਸ਼ੋਕ, ਪੁਨੀਤ ਕੁਮਾਰ, ਮਮਤਾ, ਅੰਜੂ, ਜਤਿਨ ਬੱਬਰ, ਸਤੀਸ਼ ਬੱਬਰ, ਜੋਤੀ ਬੱਬਰ, ਜਤਿਨ ਮਿੰਟੂ, ਰਾਜੀਵ ਸਹਿਦੇਵ ਸਹਿਤ ਅਸੰਖਿਆ ਭਕਤਜਨ ਸ਼ਾਮਿਲ ਰਹੇ। ਅੰਤ ਮੇਂ ਵਿਸ਼ਾਲ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੇ ਸਾਥ ਕੁਸ਼ ਚਾਵਲਾ ਕੀ ਰਿਪੋਰਟ।
ਆਪੇ ਮੇਰਾ ਪਾਲਕ ਰੇ ਕੀ ਰੱਖ ਭਰੋਸਾ ਪਾਈ ਤੇ ਆਪੇ ਮੇਰਾ ਪਾਲਕ ਰੇ ਕੀ ਰੱਖ ਭਰੋਸਾ ਪਾਈ ਤੇ ਆਪੇ ਮੇਰਾ ਪਾਲਕ ਰੇ ਕੀ ਰੱਖ ਭਰੋਸਾ ਪਾਈ ਤੇ 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 ਮੇਰਾ ਪਾਲਕ ਰੇ ਕੀ ਰੱਖ ਭਰੋਸਾ ਪਾਈ ਤੇ ਆਪੇ ਮੇਰਾ ਪਾਲਕ ਰੇ ਕੀ ਰੱਖ ਭਰੋਸਾ ਪਾਈ ਤੇ ਸਿਰਫ ਦੋ ਲਾਈਨੇ ਕਹਿੰਦੇ ਹੈ ਮਈਆ ਜੀ ਮੇਰਾ ਜੀ ਕਰਦਾ ਸਵਾਸਥ ਠੀਕ ਰਹੇ ਔਰ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਰਹਿਣ।
ਸਾਡੀ ਇਹੀ ਮਨੋਕਾਮਨਾ ਮਹਾਰਾਣੀ ਕਿ ਹੋ ਸੱਚੇ ਦਰਬਾਰ ਕੀ ਜੈ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀ ਹੈ ਦੇਵਾ ਰਾਜ ਰਾਣੀ ਜੀ ਬਸਤੀ ਸ਼ੇਖ ਵਾਲੇ ਜਿਨ੍ਹਾਂ ਦਾ ਅੱਜ ਜਨਮ ਦਿਵਸ ਹੈ। ਔਰ ਮੈਂ ਦੇਖ ਰਿਹਾ ਕਿ ਨਾਲ ਹੀ ਨਾਲ ਮੂਰਤੀ ਸਥਾਪਨਾ ਦਾ ਵੀ ਅੱਜ ਦੇ ਦਿਨ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਜਿੱਥੇ ਇਲਾਕੇ ਦੀਆਂ ਸੰਗਤਾਂ ਉੱਥੋਂ ਇਲਾਕੇ ਤੋਂ ਦੂਰੋਂ ਦੂਰੋਂ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਅੱਜ ਦੇਵਾ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਔਰ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਦੇ ਲਈ ਦਰਬਾਰ ਦੇ ਵਿੱਚ ਪਹੁੰਚੀਆਂ। ਸੋ ਮੈਂ ਸਮਝਦਾ ਕਿ ਸਾਡੇ ਆਦਰਣੀ ਦੇਵਾ ਰਾਜ ਰਾਣੀ ਜੀ ਜਿਨ੍ਹਾਂ ਦੇ ਉੱਤੇ ਮਹਾਮਾਈ ਦਾ ਵਿਸ਼ੇਸ਼ ਆਸ਼ੀਰਵਾਦ ਹੈ ਕਿਰਪਾ ਔਰ ਆਪਣੀ ਭਗਤੀ ਰਾਹੀਂ ਜਿਹੜੇ ਆ ਉਹ ਸੰਗਤਾਂ ਨੂੰ ਬੜਾ ਵੱਡਾ ਆਸ਼ੀਰਵਾਦ ਜਿਹੜਾ ਇਸ ਮੰਦਿਰ ਦੇ ਵਿੱਚ ਪ੍ਰਦਾਨ ਕਰਦੇ ਔਰ ਸੰਗਤਾਂ ਇੱਥੋਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਜਾਂਦੀਆਂ। ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੇਵਾ ਜੀ ਨੂੰ ਸਮੁੱਚੇ ਪ੍ਰਬੰਧਕਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਦੇਵਾ ਜੀ ਉਹਨਾਂ ਦੀ ਚੰਗੀ ਸਿਹਤ ਲੰਬੀ ਆਜੂ ਹੋਵੇ ਤਾਂ ਕਿ ਇਸੇ ਤਰ੍ਹਾਂ ਉਹ ਸੰਗਤ ਦੀ ਜਿਹੜੀ ਸੇਵਾ ਲੰਬੇ ਸਮੇਂ ਤੱਕ ਕਰ ਸਕਣ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਵਧਾਈ ਜੀ ਭਾਅ ਜੀ। ਅੱਜ ਬਹੁਤ ਅੱਛਾ ਦਿਨ ਨੇ, ਭਾਗਾਂ ਭਰਿਆ ਦਿਨ ਨੇ ਕਿ ਮਾਤਾ ਜੀ ਦਾ ਜਨਮ ਦਿਨ ਨੇ ਔਰ ਸਥਾਪਨਾ ਦੇ ਮੂਰਤੀ ਸਥਾਪਨਾ ਦਿਵਸ ਹੈ। ਇਸ ਮੌਕੇ 'ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਭ ਨੂੰ ਸ਼ੁਭਕਾਮਨਾ ਦਿੰਦਾ ਮਾਤਾ ਜੀ ਨੂੰ ਵੀ ਅਤੇ ਆਸ਼ੀਰਵਾਦ ਲੈਂਦਾ ਮਾਤਾ ਜੀ। ਜੈ ਮਾਤਾ ਦੀ। ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੋ ਅੱਜ ਬਸਤੀ ਸ਼ੇਖ ਰੋਡ ਜੋ ਬਬਰੀਕ ਚੌਂਕ ਦੇ ਨੇ ਜੋ ਰਾਜ ਰਾਣੀ ਮੰਦਿਰ ਹੈ ਔਰ ਦੇਵਾ ਜੀ ਦਾ ਅੱਜ ਜੋ ਜਨਮ ਦਿਹਾੜਾ ਹੈ ਉਸ ਦੇ ਉੱਤੇ ਅੱਜ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਹਾਜ਼ਰੀ ਭਰੀ ਗਈ ਅਤੇ ਮਾਤਾ ਜੀ ਦਾ ਆਸ਼ੀਰਵਾਦ ਲਿਆ ਗਿਆ ਔਰ ਸਮੁੱਚੀ ਟੀਮ ਨੂੰ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਜਿਨ੍ਹਾਂ ਨੇ ਇੰਨਾ ਮਾਣ ਅਤੇ ਸਨਮਾਨ ਬਖਸ਼ਿਆ ਅਤੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਦੀ ਚੰਗੀ ਸਿਹਤ ਵਾਸਤੇ ਜੋ ਇਸੇ ਤਰ੍ਹਾਂ ਸਮਾਜ ਦੇ ਵਿੱਚ ਸੰਗਤਾਂ ਦੀ ਸੇਵਾ ਕਰਦੇ ਰਹਿਣ। ਜੈ ਮਾਤਾ ਦੀ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀ ਦੇਵਾ ਰਾਜ ਰਾਣੀ ਜੀ ਬਸਤੀ ਸ਼ੇਖ ਵਾਲੇ ਜਿਨ੍ਹਾਂ ਦਾ ਅੱਜ ਜਨਮ ਦਿਵਸ ਹੈ ਔਰ ਮੈਂ ਦੇਖ ਰਿਹਾ ਕਿ ਨਾਲ ਹੀ ਨਾਲ ਮੂਰਤੀ ਸਥਾਪਨਾ ਦਾ ਵੀ ਅੱਜ ਦੇ ਦਿਨ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਜਿੱਥੇ ਇਲਾਕੇ ਦੀਆਂ ਸੰਗਤਾਂ ਉੱਥੋਂ ਇਲਾਕੇ ਤੋਂ ਦੂਰੋਂ ਦੂਰੋਂ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਅੱਜ ਦੇਵਾ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਔਰ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਦੇ ਲਈ ਦਰਬਾਰ ਦੇ ਵਿੱਚ ਪਹੁੰਚੀਆਂ। ਸੋ ਮੈਂ ਸਮਝਦਾ ਕਿ ਸਾਡੇ ਆਦਰਣੀ ਦੇਵਾ ਰਾਜ ਰਾਣੀ ਜੀ ਜਿਨ੍ਹਾਂ ਦੇ ਉੱਤੇ ਮਹਾਮਾਈ ਦਾ ਵਿਸ਼ੇਸ਼ ਆਸ਼ੀਰਵਾਦ ਹੈ ਕਿਰਪਾ ਔਰ ਆਪਣੀ ਭਗਤੀ ਰਾਹੀਂ ਜਿਹੜੇ ਆ ਉਹ ਸੰਗਤਾਂ ਨੂੰ ਬੜਾ ਵੱਡਾ ਆਸ਼ੀਰਵਾਦ ਜਿਹੜਾ ਇਸ ਮੰਦਿਰ ਦੇ ਵਿੱਚ ਪ੍ਰਦਾਨ ਕਰਦੇ ਔਰ ਸੰਗਤਾਂ ਇੱਥੋਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਜਾਂਦੀਆਂ। ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੇਵਾ ਜੀ ਨੂੰ ਸਮੁੱਚੇ ਪ੍ਰਬੰਧਕਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਦੇਵਾ ਜੀ ਉਹਨਾਂ ਦੀ ਚੰਗੀ ਸਿਹਤ ਲੰਬੀ ਆਜੂ ਹੋਵੇ ਤਾਂ ਕਿ ਇਸੇ ਤਰ੍ਹਾਂ ਉਹ ਸੰਗਤ ਦੀ ਜਿਹੜੀ ਸੇਵਾ ਲੰਬੇ ਸਮੇਂ ਤੱਕ ਕਰ ਸਕਣ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਵਧਾਈ। ਜੈ ਮਾਤਾ ਜੀ।